70 ਸਾਲਾਂ ਦੇ ਵਿੱਚ ਅਸੀਂ ਅਕਾਲੀ ਦਲ ਨੂੰ ਵੇਖ ਲਿਆ, ਕਾਂਗਰਸ ਨੂੰ ਵੇਖ ਲਿਆ। ਹੁਣ ਇੱਕੋ ਇੱਕ ਆਸ ਬਚੀ ਸਾਡੇ ਕੋਲ ਸ੍ਰੀ ਅਰਵਿੰਦ ਕੇਜਰੀਵਾਲ ਭਾਵ ਕੀ ਆਮ ਪਾਰਟੀ ਤੋਂ। ਪਹਿਲਾਂ ਤਾਂ ਉਹ ਤੋਂ 10 ਸਾਲ ਅਕਾਲੀ ਦਲ ਸਰਕਾਰ ਕਰਕੇ ਗਈ ਰਾਜ, ਜਿਨ੍ਹਾਂ ਨੇ ਪੂਰਾ ਗੁੰਡਾ ਰਾਜ ਕੀਤਾ ਸੀ। ਉਸ ਤੋਂ ਬਾਅਦ 5 ਸਾਲ ਹੋਏ ਹੁਣ ਚੱਲਦੇ ਨੂੰ ਕੈਪਟਨ ਸਰਕਾਰ ਨੂੰ ਹੋ ਗਏ ਨੇ, ਜਿਨ੍ਹਾਂ ਨੇ ਕਿ ਪੂਰਾ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ। ਝਾੜੂ ਵਾਲੀ ਪਾਰਟੀ ਜ਼ਰੂਰ ਆਵੇ, ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ। ਸਾਡਾ ਕੰਮ ਆਉਣਗੇ, ਸਾਡਾ ਕੰਮ ਵੀ ਕਰਨਗੇ। ਸਾਡੀਆਂ ਨਾਲ ਦੋਨਾਂ ਪਾਰਟੀਆਂ ਨੇ ਕੰਮ ਨਹੀਂ ਕੀਤਾ। ਦੇਖੋ ਜੀ, 70 ਸਾਲਾਂ ਦੇ ਵਿੱਚ ਅਸੀਂ ਅਕਾਲੀ ਦਲ ਨੂੰ ਵੇਖ ਲਿਆ, ਕਾਂਗਰਸ ਨੂੰ ਵੇਖ ਲਿਆ। ਹੁਣ ਇੱਕੋ ਇੱਕ ਆਸ ਬਚੀ ਸਾਡੇ ਕੋਲ ਸ੍ਰੀ ਅਰਵਿੰਦ ਕੇਜਰੀਵਾਲ ਭਾਵ ਕਿ ਆਮ ਪਾਰਟੀ ਤੋਂ, ਕਿਉਂਕਿ ਇਹਨਾਂ ਨੇ 70 ਸਾਲਾਂ ਦੇ ਵਿੱਚ ਸਾਨੂੰ ਲੁੱਟਿਆ ਕੁੱਟਿਆ, ਇੰਨਾ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਹਰ ਪਾਸੇ, ਹਰੇਕ ਤਰ੍ਹਾਂ ਦਾ ਮਾਫੀਆ ਚੱਲ ਰਿਹਾ। ਹੁਣ ਇੱਕੋ ਇੱਕ ਆਸ ਸਾਨੂੰ ਆਮ ਆਦਮੀ ਪਾਰਟੀ, ਅਤੇ ਆਮ ਪਾਰਟੀ ਸਾਨੂੰ ਆਸ ਹੈ ਜੀ। ਦੇਖੋ, ਤੁਹਾਡੇ ਸਾਰਿਆਂ ਦੇ ਸਾਹਮਣੇ ਜੱਗ ਜਾ ਰਿਹਾ ਜੀ। ਹੁਣ ਵੇਖੋ, ਕਾਂਗਰਸ ਵਾਲੇ ਕਹਿੰਦੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ 4.5 ਸਾਲ ਪੰਜਾਬ ਨੂੰ ਲੁੱਟ ਕੇ ਇੱਕ ਸਾਈਡ 'ਤੇ ਹੋ ਗਏ, ਹੁਣ ਚੰਨੀ ਨੂੰ ਅੱਗੇ ਲਾਤਾ। ਇਹ ਕਹਿੰਦੇ ਸਾਡੇ ਤੋਂ 70 ਦਿਨਾਂ ਦੀ ਰਿਪੋਰਟ ਕਾਰਡ ਕਹਿੰਦੇ ਸਾਡੇ ਤੋਂ ਪੁੱਛੋ, ਪਰ ਲੋਕਾਂ ਨੇ 5 ਸਾਲ ਦਾ ਹਿਸਾਬ ਪੁੱਛਣਾ। ਤੁਸੀਂ ਵੇਖੋ ਆਲੇ ਦੁਆਲੇ ਆ ਸੜਕ ਜਾ ਰਹੀ ਸਾਡੇ ਜੀ, ਪਿੰਡ ਮੈਸ ਤੋਂ ਨਾਭੇ ਤੋਂ, ਬੁਰਾ ਹਾਲ ਹੈ ਹਰੇਕ ਪਾਸੇ। 5 ਸਾਲ ਹੋ ਗਏ ਦੇਖਦਿਆਂ ਨੂੰ, ਸਾਡੇ ਨਾਲੇ ਦੀ ਡਿਮਾਂਡ ਤੀ, 4 ਵਾਰੀ ਪੈਸੇ ਪੈ ਚੁੱਕੇ ਨੇ ਸਾਡੇ ਕੋਲ, ਨਾ ਤਾਂ ਨਾਲਾ ਬਣ ਰਿਹਾ ਨਾ ਸਾਡੇ ਕੋਲ ਪੈਸਾ ਆ ਰਿਹਾ। ਇਸ ਕਰਕੇ ਅਸੀਂ ਤਾਂ ਕਹਿੰਦੇ ਵੀ ਇਹਦੀ ਸਰਕਾਰ, ਅਸੀਂ ਤਾਂ ਵੋਟ ਆਮ ਪਾਰਟੀ ਨੂੰ ਦੇਣੀ, ਚਾਹੇ ਕੁਛ ਵੀ ਹੁੰਦਾ ਰਹੇ। ਹਾਂਜੀ ਵੀਰ ਜੀ, ਪਹਿਲਾਂ ਤਾਂ ਉਹ ਤੋਂ 10 ਸਾਲ ਅਕਾਲੀ ਦਲ ਸਰਕਾਰ ਕਰਕੇ ਗਈ ਰਾਜ, ਜਿਨ੍ਹਾਂ ਨੇ ਪੂਰਾ ਗੁੰਡਾ ਰਾਜ ਕੀਤਾ ਸੀ। ਉਸ ਤੋਂ ਬਾਅਦ 5 ਸਾਲ ਹੋਏ ਹੁਣ ਚੱਲਦੇ ਨੂੰ ਕੈਪਟਨ ਸਰਕਾਰ ਨੂੰ ਹੋ ਗਏ ਨੇ, ਜਿਨ੍ਹਾਂ ਨੇ ਕਿ ਪੂਰਾ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ। 4.5 ਸਾਲ ਕੈਪਟਨ ਨੂੰ ਅੱਗੇ ਰੱਖ ਕੇ ਇਹਨਾਂ ਨੇ ਉਹ ਲੋਕ ਆਪਣੀਆਂ ਜਿਹੜੀਆਂ ਨਲਾਇਕੀਆਂ ਨੇ ਉਹ ਛੁਪਾਉਣ ਵਾਸਤੇ ਇਹਨੂੰ ਪਰੇ ਕਰਤਾ, ਚੰਨੀ ਨੂੰ ਅੱਗੇ ਲਾਤਾ। ਹੁਣ ਹਰ ਵਰਗ ਇਹਨਾਂ ਦੁਖੀ ਹੈ, ਪਰ ਹੁਣ ਹਰੇਕ ਵਰਗ ਦੀ ਇੱਕੋ ਹੀ ਆਸ ਹੈ, ਉਹ ਆਮ ਆਦਮੀ ਪਾਰਟੀ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਗੇ ਅਤੇ ਐਤਕੀ ਲੋਕ ਪੰਜਾਬ ਨੂੰ ਫਿਰ ਪੈਰਾਂ 'ਤੇ ਲਿਆਉਣ ਚਾਹੁੰਦੇ ਨੇ, ਇਹਦੀ ਸਰਕਾਰ ਹੀ ਐਤਕੀ ਬਣੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਬਾਦਲ ਸਰਕਾਰ, ਸਾਡੀ ਕਾਂਗਰਸ ਸਰਕਾਰ ਨੇ ਕੁਛ ਨਹੀਂ ਕੀਤਾ, ਕੁਛ ਨਹੀਂ ਕੀਤਾ। ਅਸੀਂ ਚਾਹੁੰਦੇ ਹਾਂ ਵੀ ਸਾਡੀ ਆਮ ਪਾਰਟੀ, ਝਾੜੂ ਵਾਲੀ ਪਾਰਟੀ ਜ਼ਰੂਰ ਆਵੇ। ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ, ਸਾਡਾ ਕੰਮ ਆਉਣਗੇ, ਸਾਡਾ ਕੰਮ ਵੀ ਕਰਨਗੇ। ਸਾਡੀਆਂ ਨਾਲ ਦੋਨਾਂ ਪਾਰਟੀਆਂ ਨੇ ਕੰਮ ਨਹੀਂ ਕੀਤਾ। ਆਮ ਆਦਮੀ ਪਾਰਟੀ ਨੂੰ ਕਿਉਂ ਸਪੋਰਟ ਕਰ ਰਹੇ ਹੋ? ਅਸੀਂ ਆਮ ਕਾਂਗਰਸ ਵੀ ਆਈ ਹੈ ਅਤੇ ਦੂਜੀ ਅਕਾਲੀ ਵੀ ਆਏ ਨੇ, ਸਾਨੂੰ ਇਹ ਸਰਕਾਰ ਚਾਹੀਦੀ ਹੈ ਕੇਂਦਰੀਵਾਲ। ਕਿਉਂ, ਇਹਨਾਂ ਨੇ ਕੁਛ ਕੀਤਾ ਨਹੀਂ? ਹਾਂਜੀ, ਕੁਛ ਨਹੀਂ ਕੀਤਾ ਹੈਗਾ। ਮੈਨੂੰ ਤਾਂ ਕਹਿੰਦੇ ਸੀ ਬਹੁਤ ਕੰਮ ਕਰੇ, ਕੋਈ ਨਹੀਂ ਕੀਤਾ ਸਾਡੇ ਵਾਸਤੇ, ਤਾਂ ਕੋਈ ਕੁਛ ਕੀਤਾ ਨਹੀਂ। ਅੱਛਾ ਜੀ, ਇਹਨਾਂ ਤੋਂ ਕੀ ਉਮੀਦ ਹੈ? ਕਹਿੰਦੇ ਇਹ ਕੇਂਦਰੀਵਾਲ ਕਹਿੰਦਾ ਤਾਂ ਹੈਗਾ ਵੀ 1000 ਰੁਪਈਆ ਮੈਂ ਪੈਨਸ਼ਨ ਲਵਾਂਗਾ, ਨੌਕਰੀਆਂ ਵੀ ਦੇਵਾਂਗਾ ਅਤੇ ਵੀ ਸਾਰਾ ਕੁਛ ਕਰਾਂਗਾ। ਹਾਂ, ਸਾਨੂੰ ਆਸ ਹੈ ਪੂਰੀ। ਕੋਈ ਨਹੀਂ ਕੀਤਾ ਕੰਮ, ਸਾਰੇ ਕੰਮ ਅਧੂਰੇ ਪਏ ਨੇ। ਹਾਂਜੀ, ਹੁਣ ਵੋਟ ਝਾੜੂ ਨੂੰ ਪਾਵਾਂਗੇ। ਕਿਉਂ ਜੀ ਪਾਵਾਂਗੇ? ਵੀ ਸਾਡੇ ਕੰਮ ਜਿਹੜੇ ਰੁਕੇ ਨੇ ਕਰਨਗੇ। ਤੁਹਾਡੇ ਕੀ ਕੰਮ ਰਹਿੰਦੇ ਨੇ? ਕੰਮ ਸਾਡੇ ਕੋਈ ਵੀ, ਗਰੀਬ ਆਦਮੀ ਹੈ, ਸਾਨੂੰ ਕੋਈ ਸਹੂਲਤਾਂ ਹੈ ਨਹੀਂ। ਹਾਂ, ਆਦਮੀ ਹੈ ਨਹੀਂ ਸਿਰ 'ਤੇ, ਜਿਹਦੇ ਸਿਰ 'ਤੇ ਰਾਜ ਹੁੰਦਾ ਉਹ ਨਹੀਂ ਸਾਡਾ ਸਿਰਦਾ ਸਾਈਂ, ਸਾਨੂੰ ਕੋਈ ਪੁੱਛਦਾ ਹੀ ਨਹੀਂ। ਆਪਣੇ ਢਿੱਡ ਭਰੀ ਜਾਂਦੇ ਨੇ, ਸਾਨੂੰ ਕੋਈ ਪੁੱਛਦਾ ਹੀ ਨਹੀਂ। ਕੈਪਟਨ ਅਮਰਿੰਦਰ ਦਾ ਕਹਿੰਦਾ ਬਹੁਤ ਕੰਮ ਕੀਤੇ ਨੇ। ਕੋਈ ਕੰਮ ਨਹੀਂ ਕੀਤਾ ਜੀ ਸਰ, ਨਾ ਜੀ। 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਅਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਅਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com ਕਾਨੂੰਨ ਜਾਇਦਾਦ ਦਾ।